ਐਤਵਾਰ ਸਵੇਰੇ ਨਜ਼ਦੀਕੀ ਕਾਦੀਆਂ ਤੋਂ ਕੋਟ ਟੋਟਰਮਲ ਰੋਡ ਨਜ਼ਦੀਕ ਪਿੰਡ ਪੰਗਵਾਂ ਅਤੇ ਖਾਰਾ ਦੇ ਵਿਚਕਾਰ ਇੱਕ ਸਾਬਕਾ ਫੌਜੀ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟੇ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਮਨਦੀਪ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਪੰਗਵਾਂ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਜੋ ਕਿ ਇੱਕ ਆਰਮੀ ਵਿੱਚ ਡਿਊਟੀ ਕਰਦਾ ਸੀ ਅਤੇ 17 ਸਾਲ ਬਾਅਦ ਰਿਟਾਇਰ ਹੋ ਚੁੱਕਿਆ ਸੀ ਅਤੇ ਉਸ ਤੋਂ ਬਾਅਦ ਉਹ ਇੱਕ ਪ੍ਰਾਈਵੇਟ ਨੌਕਰੀ ਚੰਡੀਗੜ੍ਹ ਵਿਖੇ ਕਰਦਾ ਸੀ ਅਤੇ ਉਹਨਾਂ ਨੂੰ ਐਤਵਾਰ ਸਵੇਰੇ ਉੱਥੋਂ ਦੇ ਰਾਹਗੀਰਾਂ ਵੱਲੋਂ ਫੋਨ ਕੀਤਾ ਗਿਆ ਕਿ ਸੜਕ ਕਿਨਾਰੇ ਕਿਸੇ ਨੌਜਵਾਨ ਦੀ ਲਾਸ਼ ਪਈ ਹੈ। ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਹ ਲਾਸ਼ ਉਹਨਾਂ ਦੇ ਭਰਾ ਮਨਦੀਪ ਸਿੰਘ ਦੀ ਸੀ। ਮ੍ਰਿਤਕ ਦੀ ਪਤਨੀ ਅਤੇ ਦੋ ਬੇਟਿਆਂ ਨੂੰ ਮ੍ਰਿਤਕ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਰਾ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟਿਆ ਗਿਆ ਹੈ। ਉਹਨਾਂ ਨੇ ਪੁਲਿਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਭਰਾ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਰਿਪੋਰਟ ਜਨ ਕਲਿਆਣ ਟੀਵੀ, ਪੱਤਰਕਾਰ ਜਸਵਿੰਦਰ ਬੇਦੀ, ਗੁਰਦਾਸਪੁਰ। ਘਟਨਾ ਵਾਪਰੀ, ਕੀ ਘਟਨਾ ਵਾਪਰੀ ਹੈ? ਇਹਨਾਂ ਮੋਰਨਿੰਗ ਮੈਨੂੰ ਸਕੂਲ ਸਾਹਿਬ ਦਾ ਸਵੇਰੇ ਫੋਨ ਆਇਆ ਸੀਗਾ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਡੈੱਡ ਬੋਡੀ ਹੋਈ ਹੋਈ, ਇਹਦੇ ਸੰਬੰਧੀ ਡਿਊਟੀ ਅਫਸਰ ਨੂੰ ਭੇਜਿਆ ਮੈਂ ਸਵੇਰੇ ਦਿੱਤਾ। ਜਦੋਂ ਪਤਾ ਲੱਗਾ ਵੀ ਇੱਥੇ ਲਾਗੇ ਭੰਗਵਾਂ ਪਿੰਡ ਆ, ਭੰਗਵਾਂ ਪਿੰਡ ਦਾ ਇਹ ਨੌਜਵਾਨ ਹੈ ਅਤੇ ਸਰਵਿਸਮੈਨ ਹੈ, 36-37 ਸਾਲ ਦੀ ਉਮਰ ਹੈ। ਇਹਨੂੰ ਕੋਈ ਮਾਰ ਕੇ ਲੱਗਦਾ ਵੀ ਇੱਥੇ ਸੁੱਟ ਕੇ ਗਿਆ। ਇਹਦਾ ਨਾਮ ਮੁੰਡੇ ਦਾ ਹੈਗਾ ਮਨਦੀਪ ਸਿੰਘ, ਸਨ ਆਫ ਬਾਵਾ ਸਿੰਘ, ਭੰਗਵਾਂ ਪਿੰਡ। ਬਾਕੀ ਅੱਗੇ ਤਫਤੀਸ਼ ਜਾਰੀ ਹੈ, ਜਿਹੜੇ ਵੀ ਦੋਸ਼ੀ ਹੋਣਗੇ ਜਿਨ੍ਹਾਂ ਨੇ ਕੀਤਾ ਮਰਡਰ ਕੀਤਾ ਡੈਫੀਨੇਟਲੀ ਉਹਨੂੰ ਪੜ੍ਹ ਕੇ ਆਪਸ ਰੱਖ ਲੈਂਦਾ। ਅਤੇ ਕਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ ਤੁਹਾਡੇ ਵੱਲੋਂ? 302 ਦਾ ਮਾਮਲਾ ਅਸੀਂ ਦਰਜ ਕਰ ਰਹੇ ਹਾਂ। ਠੀਕ ਹੈ, ਸਟੇਟਮੈਂਟ ਦਿੱਤੀ ਹੈ, ਮਾਮਲਾ ਦਰਜ ਕਰਕੇ ਅਤੇ ਅਸੀਂ ਇਹਦਾ ਪੋਸਟਮਾਰਟਮ ਕਰਾ ਕੇ ਬੋਡੀ 'ਚ ਵਾਪਸ ਦੇਵਾਂਗੇ। ਕੀ ਘਟਨਾ ਵਾਪਰੀ ਹੈ? ਇਸ ਤਰ੍ਹਾਂ ਜੀ, ਵੀ ਅੱਜ ਸਵੇਰੇ ਇੱਕ ਆਪਣੇ SHO ਸਾਨੂੰ ਟੈਲੀਫੋਨ ਮਸ਼ੂਲ ਹੋਇਆ ਸੀਗਾ ਵੀ ਇੱਕ ਨੇ ਇੱਥੇ ਲਾਸ਼ ਪਈ ਹੈ। ਜਦੋਂ ਇਹਨਾਂ ਨੇ ਆ ਕੇ ਦੇਖਿਆ ਤਾਂ ਜਿਹੜੀ ਲਾਸ਼ ਦੀ ਵਾਹ ਵੱਟ ਖੋਈ ਸੀਗੀ, ਖੂਨ ਖਾਨ ਉਹਦੇ ਨਾਲ ਲਿਬੜਿਆ ਸੀਗਾ ਉਹਦਾ। ਬਾਅਦ ਦੇ ਵਿੱਚ ਉਹਦੇ ਘਰਦਿਆਂ ਤੋਂ ਪਤਾ ਲੱਗ ਗਿਆ, ਇੱਥੇ ਪਿੰਡ ਭੰਗਵਾਂ ਪਿੰਡ ਆ ਨੇੜੇ, ਉੱਥੇ ਦੇ ਐਕਸਰਵਿਸਮੈਨ ਸੀਗੇ, ਕਰੀਬ ਉਮਰ ਇਹਨਾਂ ਦੀ 36-37 ਸਾਲ ਦੀ ਉਮਰ ਆ ਅਤੇ ਇਹ ਨੌਕਰੀ ਕਰਦੇ ਸੀ ਕਹਿੰਦੇ ਚੰਡੀਗੜ੍ਹ, ਅਤੇ ਇੱਥੋਂ ਘਰੋਂ ਤਾਂ 7 ਦਿਨ ਹੋਏ ਚੰਡੀਗੜ੍ਹ ਗਏ ਸੀਗੇ। ਅਤੇ ਇਹਨਾਂ ਦੇ ਬ੍ਰਦਰ ਦੇ ਬਿਆਨ 'ਤੇ ਅਸੀਂ ਕੇਸ ਰਜਿਸਟਰ ਕਰ ਦਿੱਤਾ, ਪੋਸਟਮਾਰਟਮ ਇਹਨਾਂ ਦਾ ਕਰਾਉਣ ਲੱਗੇ ਹਾਂ ਅਨਨੋਨ ਪਰਸਨ 'ਤੇ। ਜੋ ਅੱਗੇ ਦਰਾਣੀ ਯੂਨੀਵਰਸਿਟੀ ਦੇ ਸਾਹਮਣੇ ਆਊਗਾ ਉਹਦੇ ਮੁਤਾਬਕ ਜਦੋਂ ਜਲਦੀ ਜਲਦੀ ਬੰਦੇ ਫੜ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਉਂਦੇ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।